दादाजी दिया पाता। बच्चियो, सफर करदे करदे आओ एक साखी ही सुन लवो। हां जी दादा जी, हुन सानू साखी सुनाओ। जरूर प्यारे बच्चियो, तुहानू उस वेले दी साखी सुनाउंदा हां, जदों गुरु नानक देव जी हरिद्वार गए, जिथे के हर साल विसाखी वाले दिन बहुत भारी मेला लगदा सी। अच्छा दादा जी, हुन साखी अग्गे सुनाओ। बच्चियो, उत्थे दूरों दूरों लोकी आउंदे सन, अते चढ़दे पासे वल नूं मूंह करके सूरज वल पानी सुट के अपने पितरां भाव के मर चुके वड्डे वडेरियां तक पहुंचाउंदे सन। फिर गुरु जी ने लोकां नूं ए समझावण लई कि उनां दा सुट्टिया होया पानी ना ता उनां दे वड्ड वडेरियां तक पहुंचदा है ते ना ही उनां नूं इस पानी दी लोड़ है। ਤਾਂ ਗੁਰੂ ਜੀ ਨੇ ਚੜ੍ਹਦੇ ਦੀ ਬਜਾਏ ਲਹਿੰਦੇ ਵੱਲ ਨੂੰ ਮੂੰਹ ਕਰਕੇ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਦਾਦਾ ਜੀ, ਗੁਰੂ ਜੀ ਨੇ ਚੜ੍ਹਦੇ ਦੀ ਬਜਾਏ ਲਹਿੰਦੇ ਵੱਲ ਪਾਣੀ ਕਿਉਂ ਸੁੱਟਿਆ? ਬੱਚਿਓ, ਲੋਕਾਂ ਨੂੰ ਆਪਣੇ ਆਲੇ ਦੁਆਲੇ ਇਕੱਠੇ ਕਰਨ ਅਤੇ ਉਹਨਾਂ ਨੂੰ ਆਪਣਾ ਰੂਹਾਨੀ ਉਪਦੇਸ਼ ਦੇਣ ਲਈ ਗੁਰੂ ਜੀ ਦਾ ਇਹ ਇੱਕ ਇਲਾਹੀ ਕੌਤਕ ਸੀ। ਗੁਰੂ ਜੀ ਨੂੰ ਇਹ ਅਨੋਖਾ ਕੰਮ ਕਰਦਿਆਂ ਦੇਖ ਕੇ ਲੋਕਾਂ ਤੇ ਪੰਡਤਾਂ ਦੀ ਭੀੜ ਗੁਰੂ ਜੀ ਦੇ ਆਲੇ ਦੁਆਲੇ ਆਣ ਇਕੱਠੀ ਹੋਈ। ਮੁਖੀ ਪੰਡਤਾਂ ਨੇ ਗੁਰੂ ਜੀ ਨੂੰ ਪੁੱਛਿਆ, ਤੁਸੀਂ ਇਹ ਕੀ ਕਰ ਰਹੇ ਹੋ? ਪਾਣੀ ਉਲਟੇ ਪਾਸੇ ਨੂੰ ਕਿਉਂ ਦੇ ਰਹੇ ਹੋ? ਦਾਦਾ ਜੀ, ਫਿਰ ਗੁਰੂ ਜੀ ਨੇ ਮੁਖੀ ਪੰਡਤਾਂ ਨੂੰ ਕੀ ਕਿਹਾ? ਹਾਂ, ਗੁਰੂ ਜੀ ਨੇ ਫਰਮਾਇਆ कि तलवंडी विच मेरे खेत सुक रहे ने, मैं अपने उना खेतां नू पानी दे रहा हां। बच्चियो, पंडता ने अगे हसदिया होया कहा, तुहाडे खेत तां इत्थों सैकड़े मील दूर हन ते तुहाडा सुट्टिया पानी तां इत्थे डिग्गी जा रहा है, ए इन्नी दूर किवें पहुंच सकदा है? दादा जी, पंडता दा पानी भी तां उत्थे ही डिग रहा सी। बिल्कुल बच्चियो, ਇਸੇ ਲਈ ਗੁਰੂ ਜੀ ਨੇ ਵੀ ਪੰਡਤਾਂ ਨੂੰ ਕਿਹਾ, ਪੰਡਤ ਜੀ, ਜੇਕਰ ਤੁਹਾਡੇ ਦੁਆਰਾ ਸੁੱਟਿਆ ਪਾਣੀ ਸੂਰਜ ਤੱਕ ਪਹੁੰਚ ਸਕਦਾ ਹੈ ਜੋ ਕਿ ਇੱਥੋਂ ਲੱਖਾਂ ਮੀਲ ਦੂਰ ਹੈ, ਤਾਂ ਫਿਰ ਮੇਰਾ ਸੁੱਟਿਆ ਪਾਣੀ ਮੇਰੇ ਖੇਤਾਂ ਤੱਕ ਕਿਉਂ ਨਹੀਂ ਪਹੁੰਚ ਸਕਦਾ ਜੋ ਕਿ ਇੱਥੋਂ ਕੁਝ ਮੀਲ ਹੀ ਦੂਰ ਹਨ? ਦਾਦਾ ਜੀ, ਫਿਰ ਉਹਨਾਂ ਪੰਡਤਾਂ ਨੇ ਗੁਰੂ ਜੀ ਨੂੰ ਕੀ ਜਵਾਬ ਦਿੱਤਾ? ਬੱਚਿਓ, ਗੁਰੂ ਜੀ ਦੇ ਇਸ ਤਰਕ ਭਰਪੂਰ ਸਵਾਲ ਦਾ ਪੰਡਤਾਂ ਅਤੇ ਹੋਰ ਲੋਕਾਂ ਕੋਲ ਕੋਈ ਜਵਾਬ ਨਹੀਂ ਸੀ। ਗੁਰੂ ਜੀ ਦੇ ਇਹ ਬਚਨ ਸੁਣ ਕੇ ਉਹ ਸਾਰੇ ਚੁੱਪ ਹੋ ਗਏ। ਉਹਨਾਂ ਨੂੰ ਸਮਝ ਆ ਗਈ ਕਿ ਵਾਕਿਆ ਹੀ ਸਾਡਾ ਪਾਣੀ ਵੀ ਸਾਡੇ ਪਿਤਰਾਂ ਤੱਕ ਨਹੀਂ ਪਹੁੰਚਦਾ ਤੇ ਅਸੀਂ ਇਹ ਕੇਵਲ ਫੋਕੇ ਕਰਮ ਕਾਂਡ ਹੀ ਕਰ ਰਹੇ ਹਾਂ। ਅੱਗੇ ਕੀ ਹੋਇਆ ਦਾਦਾ ਜੀ? ਬੱਚਿਓ, ਇਸ ਤਰ੍ਹਾਂ ਸਾਰੇ ਪੰਡਤ ਤੇ ਹੋਰ ਇਕੱਠੇ ਹੋਏ ਲੋਕ ਭਰਮ ਜਾਲ ਵਿੱਚੋਂ ਬਾਹਰ ਨਿਕਲ ਗਏ ਅਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਇਲਾਹੀ ਗਿਆਨ ਨੂੰ ਧਾਰਨ ਕੀਤਾ। ਅੱਛਾ ਦਾਦਾ ਜੀ, ਕੀ ਫਿਰ ਇਹ ਲੋਕ ਪਿਤਰਾਂ ਨੂੰ ਪਾਣੀ ਚੜਾਉਣਾ ਹਟ ਗਏ? ਹਾਂਜੀ ਬੱਚਿਓ, ਫਿਰ ਸਾਰੇ ਲੋਕਾਂ ਅਤੇ ਪੰਡਤਾਂ ਨੇ ਗੁਰੂ ਜੀ ਨੂੰ ਰੱਬੀ ਪੁਰਸ਼ ਜਾਣ ਕੇ ਉਹਨਾਂ ਦੇ ਚਰਨਾਂ ਵਿੱਚ ਸੀਸ ਝੁਕਾਇਆ ਤੇ ਉਹਨਾਂ ਦੇ ਉਪਦੇਸ਼ਾਂ ਨੂੰ ਧਾਰਨ ਕਰਨ ਦਾ ਪ੍ਰਣ ਕੀਤਾ। ਆਓ ਜੀ, ਫੋਕਟ ਕਰ ਮਾਤੇ ਪਰਮਾ ਦਾ ਜਾਲ।
ਦਾ ਜਾਲ ਏ ਤਾਂ ਪਰਮਾ ਦਾ ਜਾਲ ਪਰਮਾ ਦਾ ਜਾਲ ਏ ਤਾਂ ਪਰਮਾ ਦਾ ਜਾਲ ਫੋਕਟ ਕਰਮਾ ਤੇ ਪਰਮਾ ਦਾ ਜਾਲ ਫੋਕਟ ਕਰਮਾ ਤੇ ਪਰਮਾ ਦਾ ਜਾਲ ਪਰਮਾ ਦਾ ਜਾਲ ਏ ਤਾਂ ਪਰਮਾ ਦਾ ਜਾਲ ਜਾਲ ਫੋਕਟ ਕਰਮਾ ਤੇ ਪਰਮਾ ਦਾ ਜਾਲ ਪਰਮਾ ਦਾ ਜਾਲ ਏ ਤਾਂ 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 ਪਰਮਾ ਦਾ ਜਾਲ ਫੋਕਟ ਤੇ ਪਰਮਾ ਦਾ ਜਾ ਅੱਛਾ ਪਿਆਰੇ ਬੱਚਿਓ ਇਹ ਦੱਸੋ ਹਰ ਸਾਲ ਵਿਸਾਖੀ ਵਾਲੇ ਦਿਨ ਕਿੱਥੇ ਬਹੁਤ ਭਾਰੀ ਮੇਲਾ ਲੱਗਦਾ ਸੀ ਤੁਸੀਂ ਇਹ ਕੀ ਕਰ ਰਹੇ ਹੋ ਇਹ ਗੱਲ ਪੰਡਤਾਂ ਨੇ ਕਿਸ ਤੋਂ ਪੁੱਛੀ ਗੁਰੂ ਜੀ ਨੂੰ ਰੱਬੀ ਪੁਰਸ਼ ਜਾਣ ਕੇ ਕਿਸਨੇ ਸੀਸ ਚੁਕਾਇਆ ਪਿਆਰੇ ਬੱਚਿਓ ਇਸ QR ਕੋਡ ਨੂੰ ਸਕੈਨ ਕਰਕੇ ਜਾਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਹਨਾਂ ਪ੍ਰਸ਼ਨਾਂ ਦੇ ਜੋ ਸਹੀ ਉੱਤਰ ਦੇਵੇਗਾ ਲੱਕੀ ਡਰਾਅ ਰਾਹੀਂ ਚੋਣ ਕਰਕੇ ਉਸ ਨੂੰ ਇਨਾਮ ਦਿੱਤਾ ਜਾਵੇਗਾ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਦਾਦਾ ਜੀ ਦੀਆਂ ਹੋਰ ਵੀਡੀਓਜ਼ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ।